ਅਸਲਾਮੁ ਅਲੈਕੁਮ, ਕੀ ਹਾਲ ਹੈ ਸਭ ਦਾ? ਠੀਕ ਹੋ? ਮੈਂ ਉਮੀਦ ਕਰਨਾ ਸਭ ਠੀਕ ਠਾਕ ਹੋਣਗੇ। ਅੱਜ ਮੈਂ ਤੁਹਾਡੀ ਈਦ ਮੈਂ ਚਾਦਰ ਹੋ ਗਿਆ ਇੱਕ ਬ੍ਰਾਂਡ ਨੂੰ ਨਵੀਂ ਵੀਡੀਓ ਲੈ ਕੇ। ਜੇ ਸੁੱਤੇ ਹੋ ਤਾਂ ਜਾਗ ਜੋ, ਕਿਉਂਕਿ ਮੈਂ ਕਰ ਦਿੱਤੇ ਅੱਜ ਦਾ ਵੀਲਾ ਸ਼ੁਰੂ। ਔਰ ਇਸ ਟਾਈਮ ਮੈਂ ਮੌਜੂਦ ਹਾਂ ਦਰਬਾਰ ਪੀਰ ਵਾਰਸ ਸ਼ਾਹ ਦੇ, ਜਿਹਦੀ ਕਿ ਮੈਂ ਡਿਟੇਲ ਨਾਲ ਇੱਕ ਵੀਡੀਓ ਬਣਾਈ ਸੀ। ਅਗਰ ਕਿਸੇ ਨੇ ਨਹੀਂ ਵੇਖੀ ਤਾਂ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦਿਆਂਗਾ, ਉਹ ਜਾ ਕੇ ਜ਼ਰੂਰ ਵੀਡੀਓ ਨੂੰ ਵੇਖਿਓ। ਲੇਕਿਨ ਇਸ ਟਾਈਮ ਆਪਣਾ ਟੌਪਿਕ ਜਿਹੜਾ ਬਿਲਕੁਲ ਵੀ ਪੀਰ ਵਾਰਸ ਸ਼ਾਹ ਦਾ ਦਰਬਾਰ ਨਹੀਂ, ਕਿਉਂਕਿ ਉਹਦੇ 'ਤੇ ਵੀਡੀਓ ਮੈਂ ਬਣਾ ਚੁੱਕਿਆ। ਇਸ ਟਾਈਮ ਆਪਣਾ ਟੌਪਿਕ ਇੱਕ ਬਾਉਲੀ ਸ਼ੇਰ ਖਾਂ, ਯਾਨੀ ਕਿ ਕੂਆਂ ਜਿਹਦੇ ਥੱਲੇ ਤਹਿ ਤੱਕ ਸੀੜੀਆਂ ਲੱਗੀਆਂ ਨੇ, ਔਰ ਉਹ ਵੀ ਇਹ ਜੰਡਿਆਲਾ ਸ਼ੇਰ ਖਾਂ ਦੇ ਵਿੱਚ ਹੀ ਮੌਜੂਦ ਹੈ। ਚੱਲਦੇ ਹਾਂ ਉਹਦੇ ਵੱਲ ਔਰ ਚੱਲ ਕੇ ਉਹਨੂੰ ਵਿਜ਼ਿਟ ਕਰਨੇ ਹਾਂ। ਮੈਂ ਖੁਦ ਬੜਾ ਬੇਤਾਬ ਹਾਂ ਉਹ ਕੂਆਂ ਵੇਖਣ ਵਾਸਤੇ, ਕਿਉਂਕਿ ਉਹ ਬਹੁਤ ਪੁਰਾਣਾ ਔਰ ਉਹਦੇ ਜਿਹੜੇ ਨਕਸ਼ੋ ਨਗਾਰ ਮੈਂ ਨੈਟ 'ਤੇ ਵੇਖੇ ਨੇ, ਉਹ ਵੇਖਿਆ ਬੰਦਾ ਬਹੁਤ ਸਾਰਾ ਪਿੱਛੇ ਚਲਿਆ ਜਾਂਦਾ ਤਾਰੀਖ ਦੇ ਵਿੱਚ। ਅੱਛਾ ਜੀ, ਇਹ ਬਿਲਕੁਲ ਸਾਹਮਣੇ ਐਂਟਰੈਂਸ ਹੈ ਪੀਰ ਵਾਰਸ ਸ਼ਾਹ ਦੇ ਦਰਬਾਰ ਦੀ, ਔਰ ਇਹ ਵੇਖੋ ਤੇ ਸਾਹਮਣੇ ਐਂਟਰੈਂਸ ਦੇ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਖਜੂਰਾਂ ਲੱਗੀਆਂ ਨੇ। ਔਰ ਮੈਨੂੰ ਲੱਗਦਾ ਕਿ ਕੁਝ ਦਿਨ ਪਹਿਲੇ ਹੀ ਇਹਨਾਂ ਦਾ ਮੇਲਾ ਵੀ ਗੁਜ਼ਰਿਆ, ਕਿਉਂਕਿ ਜਦੋਂ ਮੈਂ ਵੀਡੀਓ ਬਣਾਉਣ ਆਇਆ ਸਾਂ ਉਦੋਂ ਇਹ ਝੂਲੇ ਵਗੈਰਾ ਕੋਈ ਨਹੀਂ ਸਨ, ਲੇਕਿਨ ਹੁਣ ਇੱਥੇ ਆ ਝੂਲੇ ਵਗੈਰਾ ਵੀ ਆ ਗਏ ਨੇ। ਬਾਕੀ ਇਹ ਵੇ ਕਿ ਅਸੀਂ ਇਸ ਸਾਈਡ ਸਾਹਮਣੇ ਚੱਲਦੇ ਹਾਂ, ਔਰ ਸਾਹਮਣੇ ਹੀ ਉਹ ਬਾਉਲੀ, ਇੱਦੋਂ ਉਂਝ ਰਸਤਾ ਤਾਂ ਨਹੀਂ ਹੈ ਰਸਤਾ, ਉੱਥੋਂ ਗੇਟ ਜਿਹੜਾ ਨਾ ਪੀਰ ਵਾਰਸ ਸ਼ਾਹ ਦੇ ਦਰਬਾਰ ਦਾ ਉੱਥੋਂ ਉੱਪਰੋਂ ਦੀ ਹੋ ਕੇ ਰਸਤਾ ਆਉਂਦਾ, ਲੇਕਿਨ ਇੱਦੇ ਅਨਲੀਗਲ ਜਿਹਾ ਇੱਕ ਰਸਤਾ, ਅਸੀਂ ਉੱਥੋਂ ਹੀ ਜਾਂਦੇ ਹਾਂ। ਆ ਜਾਓ, ਜਿਹੜਾ ਤੁਸੀਂ ਇਹ ਸਾਹਮਣੇ ਆ ਤੋੜ ਤੱਕ ਜੰਗਲਾ ਵੇਖ ਰਹੇ ਹੋ, ਇਹ ਪੀਰ ਵਾਰਸ ਸ਼ਾਹ ਦੇ ਦਰਬਾਰ ਦੀ ਜਗ੍ਹਾ ਸਾਰੀ ਹੋ ਰਹੀ ਹੈ ਦੂਧ ਹੈ। ਬਾਕੀ ਇਹ ਵੇ ਕਿ ਅਗਰ ਕੈਮਰਾ ਤੁਹਾਨੂੰ ਵਹਾ ਰਿਹਾ ਹੋਵੇ ਤਾਂ ਸਾਹਮਣੇ ਵੇਖੋ ਅਤੇ ਸਾਹਮਣੇ ਰਹੀ ਬਾਉਲੀ ਸ਼ੇਰ ਮੁਹੰਮਦ। ਅੱਛਾ ਜੀ, ਇਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਾਏ ਨਹੀਂ, ਇਹ ਨੇ ਜਨਾਬ, ਕੀ ਨਾਂ ਹੈ ਤੁਹਾਡਾ? ਸੁਲੇਮਾਨ ਰਿਆਜ਼ ਸਾਹਿਬ ਨੇ, ਇਹ ਵੀ ਫੈਕਟਰੀ ਮੇਰੇ ਨਾਲ ਹੀ ਕੰਮ ਕਰਦੇ ਨੇ, ਔਰ ਲਈਆ ਤੁਨੇ ਆਪਣੇ ਬੜੇ ਪਿਆਰੇ ਦੋਸਤ ਨੇ, ਇਹ ਵੀ ਨਾਲ ਨੇ ਅੱਜ ਆਪਣੇ। ਸੁਲੇਮਾਨ ਸਾਹਿਬ ਚੜ੍ਹੋ, ਹਾਂ ਇੱਥੋਂ ਕਿੱਥੋਂ ਅਨਲੀਗਲ ਰਾਹ 'ਚੋਂ ਚੜ੍ਹਨਾ ਜੀ, ਚਲੋ। ਅੱਛਾ ਜੀ, ਇਹ ਅਨਲੀਗਲ ਜਿਹਾ ਰਸਤਾ। ਇਹ ਇੱਕ ਛੋਟੀ ਜਿਹੀ ਮਸਜਿਦ ਵੀ ਹੈ ਇਸ ਕਸਬੇ ਦੇ ਜਨਰਲ ਸ਼ੇਰ ਖਾਨ ਨੇ ਤਾਮੀਰ ਕਰਵਾਈ ਸੀ, ਔਰ ਬਹੁਤ ਹੀ ਇਹ ਵੀ ਪਿਆਰੀ ਮਸਜਿਦ ਨੈੱਟ 'ਤੇ ਮੈਂ ਵੇਖੀ ਹੈ। ਬਾਕੀ ਇਹਦੇ ਫਰੰਟ ਸਾਈਡ 'ਤੇ ਵੇਖੋ ਤਾਂ ਤੁਸੀਂ, ਅਤੇ ਫਰੰਟ ਸਾਈਡ 'ਤੇ ਇੱਕ ਕਬਰਸਤਾਨ ਬਣਿਆ ਜਿਹਦੇ ਵਿੱਚ ਬਹੁਤ ਹੀ ਪੁਰਾਣੇ ਪੁਰਾਣੇ ਦਰਖਤ ਲੱਗੇ ਨੇ, ਔਰ ਬਹੁਤ ਖੌਫਨਾਕ ਮੰਜ਼ਰ ਆ ਵੀ। ਅੱਛਾ ਜੀ, ਇਹ ਮੇਨ ਗੇਟ ਹੈ, ਇਹ ਵੇਖੋ ਅਤੇ ਜਿਹੜਾ ਕਿ ਮਸਜਿਦ ਦੀ ਤਰਫ ਵੀ ਜਾਂਦਾ ਔਰ ਬਾਉਲੀ ਵੱਲ ਵੀ ਜਾਂਦਾ। ਬਾਕੀ ਮਸਜਿਦ ਅਸੀਂ ਐਂਡ 'ਤੇ ਵੇਖਾਂਗੇ, ਇਹ ਤਾਂ ਮੈਨੂੰ ਮਸਜਿਦ ਜ਼ਿਆਦਾ ਵੇਖਣ ਦੀ ਜੁਸਤਜੂ, ਕਿਉਂਕਿ ਨੈੱਟ 'ਤੇ ਜਿਸ ਟਾਈਮ ਮੈਂ ਮਸਜਿਦ ਵੇਖੀ ਸੀ ਬਹੁਤ ਹੀ ਪੁਰਾਣੇ ਦੌਰ ਦੀ ਉਹ ਮਸਜਿਦ ਸੀ। ਫਿਲਹਾਲ ਅਸੀਂ ਚੱਲਦੇ ਹਾਂ ਬਾਉਲੀ ਵੱਲ, ਔਰ ਉਹਦੇ ਵੱਲ ਵੀ ਇਹ ਹੀ ਰਸਤਾ ਜਾਂਦਾ। ਆ ਜਾਓ, ਅੱਛਾ ਜੀ, ਐਂਟਰੈਂਸ ਦੇ ਵਿੱਚ ਵੇਖੋ ਤਾਂ ਤੁਸੀਂ ਇਹ ਬਹੁਤ ਹੀ ਕਦੀਮ ਔਰ ਪੁਰਾਣੇ ਦਰਖਤ ਇੱਥੇ ਲੱਗੇ ਨੇ। ਕਿਸ ਚੀਜ਼ ਦਾ ਦਰਖਤ ਹੈ ਮੈਨੂੰ ਨਹੀਂ ਪਤਾ, ਤੁਹਾਨੂੰ ਪਤਾ ਸ਼ੇਖ ਸਾਹਿਬ ਕਿਸ ਚੀਜ਼ ਦਾ? ਜੀ ਪਤਾ ਹੈ। ਕਿਸ ਚੀਜ਼ ਦਾ? ਇਹ ਝਾੜੀ। ਇਹ ਝਾੜੀ ਦਾ ਦਰਖਤ ਹੈ। ਬਾਕੀ ਜੇ ਕੋਈ ਅਸੀਂ ਗਲਤ ਦੱਸਿਆ ਤਾਂ ਜ਼ਰੂਰ ਸਾਨੂੰ ਨਹੀਂ ਦੱਸਿਓ ਕਿ ਕਿਸ ਚੀਜ਼ ਦਾ ਦਰਖਤ ਹੈ। ਉਹਦੇ ਨਾਲ ਹੀ ਵੇਖੋ ਅਤੇ ਇਸ ਸਾਈਡ ਹੈ ਦੋ ਤਿੰਨ ਕਬਰਾਂ ਬਣੀਆਂ ਨੇ, ਔਰ ਇਹ ਵੀ ਇੱਕ ਬਹੁਤ ਹੀ ਪੁਰਾਣਾ ਜਿਹਾ ਦਰਖਤ ਲੱਗੇ ਆ। ਬਾਕੀ ਇਹ ਰਹੀ ਬਾਉਲੀ, ਔਰ ਇਹਦੇ ਉੱਤੇ ਹੀ ਵੇਖੋ ਅਤੇ ਇੱਕ ਸਰਾਏ ਬਣਿਆ, ਉਹਦੀ ਕੀ ਹਕੀਕਤ ਹੈ ਜਾਂ ਉਹ ਕਿਸ ਵਜ੍ਹਾ ਤੋਂ ਬਣਾਇਆ ਗਾ, ਸਭ ਕੁਝ ਤੁਹਾਨੂੰ ਦੱਸਣੇ ਆ। ਫਿਲਹਾਲ ਇੱਕ ਵਾਰੀ ਅੱਗੇ ਚੱਲੀਏ। ਅੱਛਾ ਜੀ ਮਿੱਠੇ, ਹੁਣ ਅਸੀਂ ਗੱਲ ਕਰਨੇ ਹਾਂ ਕਿ ਬਾਉਲੀ ਆਉਂਦੇ ਕਿਸ ਚੀਜ਼ ਨੂੰ। ਬਾਉਲੀ ਉਸ ਚੀਜ਼ ਨੂੰ ਆਉਂਦੇ ਨੇ, ਇੱਕ ਐਸਾ ਕੂਆਂ ਜਿਹਦੀ ਤਹਿ ਤੱਕ ਸੀੜੀਆਂ ਹੋਣ ਉਹਨੂੰ ਬਾਉਲੀ ਆਉਂਦੇ ਨੇ, ਔਰ ਇਹ ਉਸ ਜਗ੍ਹਾ 'ਤੇ ਬਣਾਇਆ ਜਾਂਦਾ ਜਗ੍ਹਾ 'ਤੇ ਪਾਣੀ ਦੀ ਕਮੀ ਹੋਵੇ, ਔਰ ਉਸ ਜਗ੍ਹਾ 'ਤੇ ਬਾਉਲੀ ਨੂੰ ਤਾਮੀਰ ਕਰਦੇ ਨੇ। ਹੁਣ ਅਸੀਂ ਇਹ ਗੱਲ ਕਰਨੇ ਹਾਂ ਕਿ ਇਹ ਬਣਵਾਈ ਕਿਸ ਔਰ ਕਿਹਦੇ ਕਹਿਣੇ 'ਤੇ ਬਣਵਾਈ।
ਦਰਅਸਲ ਇਹ ਬਾਉਲੀ ਬਣਵਾਈ ਇੱਥੇ ਇਸ ਕਸਬੇ ਦੇ ਜਨਰਲ ਜਿਹੜੇ ਸਨ ਸ਼ੇਰ ਮੁਹੰਮਦ, ਉਹਨਾਂ ਨੇ ਇਹ ਤਾਮੀਰ ਕਰਵਾਈ। ਔਰ ਜਿਹੜੇ ਪੁਰਾਣੇ ਦੌਰ ਦੇ ਲੋਕ ਸਨ, ਪੁਰਾਣੇ ਦੌਰ ਦੇ ਜਨਰਲ ਆਹਲੋ ਬਾਦਸ਼ਾਹ ਸਨ, ਉਹ ਵਲੀ ਉੱਲਾ ਜਾਂ ਬਜ਼ੁਰਗ ਜਿਹੜੇ ਸਨ ਨਾ, ਉਹਨਾਂ ਦੀ ਬਹੁਤ ਜ਼ਿਆਦਾ ਕਦਰ ਕਰਦੇ ਸਨ ਔਰ ਬਹੁਤ ਜ਼ਿਆਦਾ ਵੀ ਉਹਨਾਂ ਦੇ ਮੁਰੀਦ ਵੀ ਸਨ ਔਰ ਉਹਨਾਂ ਦੀ ਹਰ ਗੱਲ ਨੂੰ ਮੰਨਦੇ ਵੀ ਸਨ। ਇੰਝ ਇੱਕ ਉਸ ਦੌਰ ਦੇ ਸੈਯਦ ਵਲੀ ਉੱਲਾ ਸਨ ਜਿਨ੍ਹਾਂ ਦਾ ਨਾਂ ਸੀ ਸੈਯਦ ਗਜ਼ਨਵੀ। ਔਰ ਉਹਨਾਂ ਨੇ ਜਨਰਲ ਸ਼ੇਰ ਮੁਹੰਮਦ ਨੂੰ ਆਖਿਆ ਕਿ ਤੁਸੀਂ ਇਸ ਜਗ੍ਹਾ 'ਤੇ, ਕਿਉਂਕਿ ਪਾਣੀ ਦੀ ਕਮੀ ਹੈ, ਤਾਂ ਤੁਸੀਂ ਇੱਥੇ ਇੱਕ ਬਾਉਲੀ ਤਾਮੀਰ ਕਰਵਾਓ ਜਿਹਦੀ ਵਜ੍ਹਾ ਨਾਲ ਇੱਥੇ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ ਪਾਣੀ ਦੀ ਕਮੀ ਦੂਰ ਹੋਵੇ ਔਰ ਬਹੁਤ ਜ਼ਿਆਦਾ ਵਾਫਰ ਮੁਕਦਾਰ 'ਚ ਉਹਨਾਂ ਨੂੰ ਪਾਣੀ ਮਿਲ ਸਕੇ। ਬਸ ਉਹ ਵਲੀ ਉੱਲਾ ਦੇ ਕਹਿਣ 'ਤੇ ਹੀ ਸ਼ੇਰ ਮੁਹੰਮਦ ਨੇ ਇੱਥੇ ਬਾਉਲੀ ਤਾਮੀਰ ਕਰਵਾਈ ਜਿਹੜੀ ਕਿ ਅੱਜ ਵੀ ਮੌਜੂਦ ਹੈ। ਸਾਹਮਣੇ ਵੇਖੋ ਤਾਂ ਇੱਕ ਬੋਰਡ ਲੱਗਿਆ ਪੁਰਾਣੇ ਦੌਰ ਦਾ, ਉਹ ਚੱਲ ਕੇ ਅਸੀਂ ਵੇਖਦੇ ਹਾਂ ਔਰ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ। ਉਹਦੇ ਬਾਅਦ ਚੱਲਦੇ ਹਾਂ ਅੰਦਰ, ਆ ਜਾਓ। ਅੱਛਾ ਜੀ, ਇਹ ਇੱਕ ਬੋਰਡ ਲੱਗਿਆ ਤਾਂ ਹੈ ਔਰ ਲੇਕਿਨ ਇਹਦੇ ਤੋਂ ਤਾਂ ਹਰ ਚੀਜ਼ ਜਿਹੜੀ ਹੈ ਨਾ ਮਿਟ ਚੁੱਕੀ ਹੈ। ਇਹਦੇ ਨਾਲ ਹੀ ਵੇਖੋ ਤਾਂ ਤਿੰਨ ਬੋਰਡ ਇਹ ਲੱਗੇ ਨੇ ਜਿਹਦੇ 'ਚ ਤਰਜਮਾ ਫਾਰਸੀ ਸ਼ਾਰ, ਉਸ ਤੋਂ ਬਾਅਦ ਬਾਉਲੀ ਜੰਡਿਆਲਾ ਸ਼ੇਰ ਖਾਂ ਮੁਗਲੀਆ ਫਨੇ ਤਾਮੀਰ ਕਾ ਸ਼ਾਹਕਾਰ, ਔਰ ਅੱਗੇ ਆ ਪਤਾ ਨਹੀਂ ਕੀ ਚੀਜ਼ ਲਿਖੀ ਹੈ। ਬਾਕੀ ਇਹ ਵੇਖ ਕੇ ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ। ਇਹਦਾ ਜਿਹੜਾ ਇਹ ਤਰਜਮਾ ਫਾਰਸੀ ਸ਼ਾਰ ਇਹਦੇ 'ਤੇ ਤਾਂ ਇਹ ਲਿਖਿਆ ਕਿ ਸ਼ਹਿਨਸ਼ਾਹ ਅਕਬਰ ਕੈਦ ਮੈਂ ਜੋ ਮੁਬਾਰਕ ਨਸਬ ਵਾਲਾ ਕਾਮਯਾਬ ਬਾਦਸ਼ਾਹ ਥਾ, ਸੈਯਦ ਗਜ਼ਨਵੀ ਕੀ ਫਰਮਾਇਸ਼। ਜਿਹੜੇ ਤੁਹਾਨੂੰ ਵਲੀ ਉੱਲਾ ਦੱਸੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਸੈਯਦ ਗਜ਼ਨਵੀ ਕੀ ਫਰਮਾਇਸ਼ ਪਰ ਬੁਲੰਦ ਮਰਤਬਾ ਖਾਨ ਆਲੀ ਜਨਾਬ ਸ਼ੇਰ ਖਾਨ ਕਰਮ ਔਰ ਸਖਾਵਤ ਕੇ ਸਮੁੰਦਰ, ਸ਼ੇਰ ਖਾਨ ਨੇ ਜਿਸ ਕੀ ਸਖਾਵਤ ਕੇ ਹੱਥ ਸੇ ਮਾਦਲੋ ਨੇ ਆਬੋ ਤਾਬ ਹਾਸਲ ਕੀ, ਆਪਣੀ ਸਖਾਵਤ ਕੇ ਸਰ ਚਸ਼ਮੇ ਸੇ ਇੱਕ ਬਾਉਲੀ ਤਿਆਰ ਕਰਵਾਈ, ਜੋ ਚਸ਼ਮਾ ਆਫਤਾਬ ਕੇ ਲੀਏ ਬਾਇਸ ਰਸ਼ਕ ਸਾਬਤ ਹੋਈ। ਇਸ ਬਾਉਲੀ ਕੇ ਡੋਲ ਕੋ ਦੇਖ ਕਰ ਆਸਮਾਨ ਕਾ ਡੋਲ ਸੂਰਜ ਵੀ ਨਰਮਸਾਰ ਰਹੇ, ਔਰ ਇਸ ਕੀ ਚਰਖੀ ਕੋ ਦੇਖ ਕਰ ਆਸਮਾਨ ਵੀ ਪੇਚੋਤਾਬ ਮੇਂ ਹੈ। ਅਗਰ ਕਭੀ ਰਾਤ ਕੋ ਮਹਿ ਨਕਸ਼ਬ ਇਸ ਬਾਉਲੀ ਪਰ ਨਿਗਾਹ ਡਾਲ ਲੇ, ਨੋ ਮਾਰੇ ਸ਼ਰਮ ਕੇ ਬਾਹਰ ਨਹੀਂ ਨਿਕਲੇਗਾ। ਮਤਲਬ ਇਹਦੇ 'ਤੇ ਉਹੀ ਚੀਜ਼ ਲਿਖੀ ਹੈ ਸੇਮ ਜਿਹੜੀ ਕਿ ਮੈਂ ਤੁਹਾਨੂੰ ਪਹਿਲੇ ਦੱਸੀ ਹੈ, ਔਰ ਇਹਦੇ ਅੱਗੇ ਤਾਂ ਮਿਟ ਚੁੱਕਿਆ, ਕੋਈ ਖਾਸ ਸਮਝ ਨਹੀਂ ਆ ਰਹੀ। ਬਾਉਲੀ ਜੰਡਿਆਲਾ ਸ਼ੇਰ ਖਾਂ ਮੁਗਲੀਆ ਫਨੇ ਤਮੀਰ ਕਾ ਸ਼ਾਹਕਾਰ ਜੋ ਹੈ। ਬਾਕੀ ਇਹ ਵੇਖ ਕੇ ਚਲੋ ਚੱਲਦੇ ਹਾਂ ਅੰਦਰ, ਔਰ ਅੰਦਰੋਂ ਚੱਲ ਕੇ ਵੇਖਦੇ ਹਾਂ। ਬਾਜ਼ਾਰ 'ਤੇ ਵੇਖੋ ਤਾਂ ਇਸ ਬਾਉਲੀ ਦੇ ਬਹੁਤ ਜ਼ਿਆਦਾ ਦਰਵਾਜ਼ੇ ਨੇ, ਲੇਕਿਨ ਇਹ ਵੇਖ ਕੇ ਇਹਦੀ ਜਿਹੜੀ ਮੇਨ ਤੈਅ ਹੈ ਬਾਉਲੀ ਦੀ, ਕੂਵੇਂ ਦੀ ਮੇਨ ਤੈਅ, ਫਿਲਹਾਲ ਮੈਂ ਤੁਹਾਨੂੰ ਲੈ ਕੇ ਇੱਕ ਵਾਰ ਚੱਲਾਂ ਉਹ ਨਾਲ। ਔਰ ਇਹ ਜਿਹੜੀਆਂ ਸੀੜੀਆਂ ਤੁਸੀਂ ਵੇਖ ਰਹੇ ਹੋ ਇਹ ਸਾਹਮਣੇ, ਔਰ ਪਰੇ ਵੀ ਨੇ, ਪਰੇ ਵੀ ਬਹਾ ਸੁਲਮਾਨ, ਇਹ ਦੋਨੋਂ ਸਾਈਡ 'ਤੇ ਸੀੜੀਆਂ ਨੇ ਜਿਹੜੀਆਂ ਕਿ ਸਰਾਏ ਦੀ ਤਰਫ ਉੱਤੇ ਛੱਤ ਵੱਲ ਜਾਂਦੀਆਂ ਨੇ। ਔਰ ਅਸੀਂ ਫਿਲਹਾਲ ਚੱਲਦੇ ਹਾਂ ਕੂਵੇਂ ਦੀ ਤਹਿ ਵੱਲ, ਔਰ ਚੱਲ ਕੇ ਤੁਹਾਨੂੰ ਵਹਾਨੇ ਹਾਂ, ਆਓ ਜੀ। ਇੱਥੇ ਤਾਂ ਕਾਫੀ ਠੰਡ ਹੈ, ਬਾਹਰ ਬਹੁਤ ਜ਼ਿਆਦਾ ਧੁੱਪ ਹੈ, ਲੇਕਿਨ ਇੱਥੇ ਕਾਫੀ ਜ਼ਿਆਦਾ ਠੰਡਾ ਜਿਹਾ ਨਿਜ਼ਾਮ ਹੋ ਗਿਆ। ਬਾਕੀ ਇਹ ਵੇਖੀ ਦੇ ਨਕਸ਼ੋ ਨਗਾਰ ਵੇਖੋ ਤਾਂ ਬਹੁਤ ਹੀ ਜ਼ਿਆਦਾ ਪੁਰਾਣੇ ਦੌਰ ਦੇ ਨੇ, ਔਰ ਪੰਜਾਬ ਹਕੂਮਤ ਨੇ ਵੀ ਬਹੁਤ ਜ਼ਿਆਦਾ ਇਹਦੇ 'ਤੇ ਪੈਸੇ ਲਾ ਕੇ ਅੱਜ ਵੀ ਇਸ ਬਾਉਲੀ ਨੂੰ ਕਾਇਮ ਰੱਖਿਆ। ਤਕਰੀਬਨ ਜਿੱਥੇ ਜਿੱਥੇ ਟੁੱਟ ਭੱਜ ਹੋਈ ਸੀ ਉੱਥੇ ਉੱਥੇ ਉਹਨਾਂ ਸੀਮਟ ਲਾ ਕੇ ਉਹਨੂੰ ਕਵਰ ਕੀਤਾ। ਪੁਰਾਣੇ ਦੌਰ ਦੇ ਜਿਹੜੇ ਕਿਲੇ ਸਨ, ਮਸਜਿਦਾਂ ਸਨ ਜਾਂ ਫਿਰ ਇੰਝ ਆ ਲਓ ਕਿ ਰੈਸਟ ਹਾਊਸ ਸਨ, ਉਹਨਾਂ ਦੀ ਤਕਰੀਬਨ ਜਿਹੜੀ ਡਿਜ਼ਾਇਨਿੰਗ ਸੀ ਨਾ, ਉਹ ਸੇਮ ਹੀ ਸੀ, ਚਾਹੇ ਉਹ ਅੰਗਰੇਜ਼ ਨੇ ਬਣਾਏ ਸਨ ਜਾਂ ਸਾਡੇ ਮੁਸਲਮਾਨਾਂ ਦੇ ਸਨ।
ਵੇਖੋ ਕਿਤਨੀ ਮਜ਼ਬੂਤੀ ਦੇ ਨਾਲ ਕੰਮ ਹੋਇਆ ਜਿਹੜਾ ਅਜੇ ਵੀ ਕਾਇਮ ਹੈ। ਔਰ ਇਹ ਵੇਖ ਕੇ ਸਾਡੇ ਮੁਲਕ ਦੇ ਜਿਹੜੇ ਆਉਂਦੇ ਮਿਸਤਰੀ ਠੇਕੇਦਾਰ ਨੇ ਉਹਨਾਂ ਨੂੰ ਇਹ ਵੇਖ ਕੇ ਇਹਦੇ ਤੋਂ ਇਬਰਤ ਹਾਸਲ ਕਰਨੀ ਚਾਹੀਦੀ ਹੈ ਕਿ ਸਾਡੀਆਂ ਬਣਾਈਆਂ ਸੜਕਾਂ ਜਾਂ ਕਾਰ ਤਿੰਨ ਤਿੰਨ ਚਾਰ ਚਾਰ ਸਾਲ ਬਾਅਦ ਜਿਹੜੇ ਨੇ ਤਬਾਹ ਫਨਾਹ ਹੋ ਜਾਂਦੇ ਨੇ, ਦਰਾੜਾਂ ਆ ਜਾਂਦੀਆਂ ਨੇ, ਲੇਕਿਨ ਇਹ ਵੇਖ ਕੇ ਅਜੇ ਵੀ ਇਮਾਰਤਾਂ ਕਾਇਮ ਨੇ। ਮੈਂ ਤਾਂ ਅਰਤਗਲ ਗਾਜ਼ੀ ਵੀ ਬਹੁਤ ਵੇਖਿਆ ਔਰ ਉਹਦੇ ਵਿੱਚ ਜਿਹੜੇ ਕਿਲੇ ਸਨ ਉਹਨਾਂ ਦੀ ਵੀ ਸੇਮ ਡਿਜ਼ਾਇਨਿੰਗ ਇਹੋ ਜਿਹੀ ਹੁੰਦੀ ਸੀ। ਔਰ ਇੱਥੇ ਬਹੁਤ ਹੀ ਪਿਆਰਾ ਜਿਹਾ ਵਿਊ ਜਿਹੜਾ ਨਾ ਉਹ ਬਣਿਆ। ਦੂਸਰਾ ਸਟੈਪ ਵੀ ਅਸੀਂ ਲੈ ਆਇਆ ਔਰ ਇਹਦੀ ਡਿਜ਼ਾਇਨਿੰਗ ਜਿਹੜੀ ਹੈ ਨਾ ਉਹਦੇ ਨਾਲ ਥੋੜ੍ਹੀ ਜਿੰਨੀ ਮੁਖਤਲਿਫ ਬਣੀ ਹੈ। ਔਰ ਇਹ ਵੇਖੋ ਇਹ ਵੀ ਬਹੁਤ ਹੀ ਮਜ਼ਬੂਤੀ ਨਾਲ ਕੰਮ ਹੋਇਆ। ਹੁਣ ਉਹ ਮੇਨ ਜਗ੍ਹਾ ਤੁਹਾਨੂੰ ਵਹਾਉਣ ਲੱਗਾ ਜਿਸ ਜਗ੍ਹਾ ਦੇ ਉੱਤੋਂ ਪਾਣੀ ਜਿਹੜਾ ਉੱਤੇ ਹੁੰਦਾ ਸੀ ਔਰ ਲੋਕ ਉਹਨੂੰ ਭਰਦੇ ਸਨ, ਉਹਦੀ ਕੂਹੇ ਦੀ ਤਹਿ ਜਿਹੜੀ ਹੁਣ ਉਹ ਤੁਹਾਨੂੰ ਵਹਾਉਣ ਲੱਗਾ। ਆ ਜਾਓ ਚੱਲਦੇ ਹਾਂ ਉਹਦੇ ਆ। ਇਤਨੀ ਦੇਰ ਗੁਜ਼ਰ ਗਈ ਹੈ ਤਾਂ ਵੀ ਅੱਜ ਵੀ ਇਹ ਬਾਉਲੀ ਜਿਹੜੀ ਹੈ ਜਿਸ ਟਾਈਮ ਵੇਖੀਏ ਤਾਂ ਇੰਝ ਹੀ ਲੱਗਦਾ ਕਿ ਜਿਵੇਂ ਕੁਝ ਦਿਨ ਪਹਿਲੇ ਇਹਨੂੰ ਤਾਮੀਰ ਕੀਤਾ ਗਿਆ। ਬਾਕੀ ਇਹ ਦਰਵਾਜ਼ਾ ਛੋਟਾ ਜਿਹਾ ਇਹ ਵੇਖੋ ਅਤੇ ਇਹਦੇ ਥੱਲੂ ਦੀ ਲੰਘ ਕੇ ਅਸਾਂ ਕੂਹੇ ਦੀ ਤਹਿ ਤਾਈਂ ਪਹੁੰਚਣਾ। ਆ ਜਾਓ ਚੱਲਦੇ ਹਾਂ। ਅੱਛਾ ਜੀ, ਇਹ ਉੱਥੇ ਸੀ ਜਿਸ ਜਗ੍ਹਾ ਤੋਂ ਪਾਣੀ ਜਿਹੜਾ ਨਾ ਕੂਹੇ ਦਾ ਉੱਤੇ ਉੱਭਰਦਾ ਸੀ। ਔਰ ਇਹ ਉੱਤੇ ਵੀ ਵੇਖੋ ਅਤੇ ਗਾਰਡਰ ਅਤੇ ਸਰੀਏ ਵਗੈਰਾ ਲੱਗੇ ਨੇ। ਇਹ ਉਹ ਜਗ੍ਹਾ ਸੀ ਕਿ ਜਿੱਥੋਂ ਲੋਕ ਪਾਣੀ ਭਰਦੇ ਹੁੰਦੇ ਸਨ। ਬਾਕੀ ਇਹ ਵੇਖੀ ਦਾ ਪਾਣੀ ਇਸ ਸਾਈਡ ਵੀ ਜਾਂਦਾ ਹੀ ਹੋਣਾ। ਇਸ ਵੇਲੇ ਤੂੰ ਉੱਥੇ ਉੱਤੇ ਵੀ ਗਾਰਡਰ ਸਰੀਏ ਲੱਗੇ ਨੇ, ਕੋਈ ਵੇਚਣਾ ਡਿੱਗ ਜੇ। ਚਲੋ ਚੱਲਦੇ ਹਾਂ ਹੁਣ ਬਾਹਰ ਔਰ ਚੱਲ ਕੇ ਮਸਜਿਦ ਵੇਹਨੇ ਹਾਂ। ਅੱਛਾ ਜੀ, ਕੂਹੇ ਦੀ ਤਹਿ ਚੋਂ ਅਸੀਂ ਨਿਕਲ ਆਏ ਹਾਂ ਬਾਹਰ ਔਰ ਹੁਣ ਅਸੀਂ ਬਿਲਕੁਲ ਸੇਫ ਹਾਂ। ਇਹ ਨੇ ਉਹ ਪੂੜੀਆਂ ਜਿਹੜੀਆਂ ਕਿ ਸਰਾਏ ਵੱਲ ਜਾਂਦੀਆਂ ਨੇ, ਸਰਾਏ ਬਿਲਕੁਲ ਇਹਦੀ ਛੱਤ 'ਤੇ ਵੇ। ਔਰ ਸਰਾਏ ਕਿਸ ਵਜ੍ਹਾ ਤੋਂ ਬਣਾਇਆ ਗਿਆ ਇਹ ਅਸੀਂ ਤੁਹਾਨੂੰ ਛੱਤ 'ਤੇ ਜਾ ਕੇ ਦੱਸਾਂਗੇ। ਪਹਿਲੇ ਇੱਕ ਦਰਵਾਜ਼ਾ ਵੇਖੋ ਅਤੇ ਇਹ ਸਾਈਡ ਵੀ ਹੈ ਔਰ ਇਹ ਦਰਵਾਜ਼ੇ ਵੱਲ ਚੱਲ ਕੇ ਵੇਹਨੇ ਹਾਂ ਕਿ ਇੱਥੇ ਕੀ ਨਿਜ਼ਾਮ ਹੈ। ਕਿ ਆਖਿਰਕਾਰ ਉਹਨਾਂ ਦਰਵਾਜ਼ਿਆਂ ਤੋਂ ਅੱਗੇ ਆਉਣ ਦੇ ਬਾਅਦ ਅਗਰ ਕੈਮਰਾ ਤੁਹਾਨੂੰ ਆਇਆ ਤਾਂ ਇਹ ਉਹ ਕੁੜੀਆਂ ਨੇ ਜਿਹੜੀਆਂ ਅੱਗੇ ਅਸੀਂ ਲੈ ਕੇ ਕੂਹੇ ਦੀ ਤਹਿ ਤੱਕ ਗਏ ਸਾਂ। ਔਰ ਇਸ ਸਾਈਡ ਵੇਖੋ ਅਤੇ ਇਸ ਸਾਈਡ ਉਹ ਹੀ ਸਰੀਏ ਉਹ ਹੀ ਗਾਰਡਨ ਨੇ ਜਿਹੜੇ ਕਿ ਅਸਾਂ ਕੂਹੇ ਦੀ ਤਹਿ ਦੇ ਵਿੱਚ ਜਾ ਕੇ ਤੁਹਾਨੂੰ ਉੱਤੇ ਕੈਮਰਾ ਕਰਕੇ ਵਹਾਏ ਸਨ ਕਿ ਇਸ ਵਜ੍ਹਾ ਤੋਂ ਲਾਏ ਗਏ ਨੇ ਕਿ ਇਹਨਾਂ ਦੇ ਵਿੱਚ ਕੋਈ ਨਾ ਡਿੱਗੇ। ਜਦੋਂ ਕਿ ਪਾਣੀ ਹੁੰਦਾ ਸੀ ਉਦੋਂ ਤਾਂ ਇੱਥੋਂ ਵੇਖਿਆ ਬਹੁਤ ਜ਼ਿਆਦਾ ਖੌਫ ਹੁੰਦਾ ਹੋਣਾ। ਔਰ ਇਹ ਇਸ ਵਜ੍ਹਾ ਤੋਂ ਲੱਗੇ ਹੋਣੇ ਨੇ ਕਿ ਕੋਈ ਬੱਚਾ ਜਾਂ ਕੋਈ ਵੀ ਵਿੱਚ ਨਾ ਜਾ ਕੇ ਡਿੱਗੇ, ਕਿਉਂਕਿ ਬਹੁਤ ਜ਼ਿਆਦਾ ਗਹਿਰਾ ਹੈ ਕੂਹਾਂ। ਦੋ ਸਟੈਪ ਜਿਹੜੇ ਨੇ ਅਸਾਂ ਪੌੜੀਆਂ ਦੇ ਥੱਲੇ ਲਹਿ ਕੇ ਅਤੇ ਫਿਰ ਅਸੀਂ ਥੱਲੇ ਬਾਉਲੀ 'ਚ ਗਏ ਹਾਂ। ਬਾਕੀ ਇਹ ਵੇਖ ਕੇ ਹੁਣ ਅਸੀਂ ਚੱਲਦੇ ਹਾਂ ਇੱਥੇ ਫਰੰਟ 'ਚੋਂ ਵੀ ਤੁਹਾਨੂੰ ਸੀਨ ਚੈੱਕ ਕਰਾਉਂਦੇ ਹਾਂ। ਵੀ ਵੇਖਦੇ ਹਾਂ ਇਹ ਸਰੀਆਂ ਦੇ ਉੱਪਰਲੀ ਸਾਈਡ ਤੋਂ ਵਿਊ ਤੁਹਾਨੂੰ ਵਹਾ ਰਿਹਾ। ਔਰ ਯਕੀਨਨ ਬਹੁਤ ਜ਼ਿਆਦਾ ਖੌਫਨਾਕ ਇਹ ਥੱਲੇ ਕੂਹੇ ਦੀ ਤਹਿ ਜਿਹੜੀ ਅੱਗੇ ਤੁਹਾਨੂੰ ਥੱਲੇ ਜਾ ਕੇ ਵਹਾਈ ਹੈ। ਔਰ ਇੱਦੇ ਵੀ ਇਹ ਸਰੀਏ ਲੱਗੇ ਨੇ। ਫਿਰ ਆ ਗਏ ਹਾਂ ਉਹਨਾਂ ਸੀੜੀਆਂ ਦੇ ਕੋਲ ਜਿਹੜੀਆਂ ਕਿ ਸਰਾਏ ਵੱਲ ਜਾਂਦੀਆਂ ਨੇ। ਬਾਕੀ ਇਹ ਵੇ ਕਿ ਜਗ੍ਹਾ ਦੋ ਹੀ ਰਹਿ ਗਈਆਂ ਨੇ, ਇੱਕ ਹੈ ਸਰਾਏ ਔਰ ਦੂਸਰਾ ਮਸਜਿਦ ਰਹਿ ਗਈ ਹੈ, ਜਿਹੜੀ ਕਿ ਮੈਨੂੰ ਖੁਦ ਵੀ ਵੇਖਣ ਦੀ ਬੜੀ ਜੁਸਤਜੂ ਹੈ। ਬਾਕੀ ਇਹ ਵੇ ਕਿ ਪਿਆਸ ਵੀ ਬਹੁਤ ਜ਼ਿਆਦਾ ਲੱਗ ਗਈ ਹੈ ਇੱਥੇ। ਮੇਨ ਤਾਂ ਦੂਰ ਦੂਰ ਤੱਕ ਪਾਣੀ ਵਾਲਾ ਨਿਜ਼ਾਮ ਵੀ ਕੋਈ ਨਹੀਂ ਦਿਸ ਰਿਹਾ। ਉਹ ਹੁਣ ਪੀਰ ਵਾਰਸ ਸ਼ਾਹ ਦੇ ਦਰਬਾਰ 'ਤੇ ਜਾ ਕੇ ਵੇਖਣਾ ਕਿ ਉੱਥੇ ਕੋਈ ਪਾਣੀ ਹੈ ਕਿ ਨਹੀਂ।
ਪਹਿਲੇ ਆ ਜਾਓ, ਚੱਲੇ ਹਾਂ ਇਹਨਾਂ ਪੂੜੀਆਂ ਲੋਰ ਵੇਹਨੇ ਹਾਂ ਸਰਾਏ ਤੱਕ, ਅਸੀਂ ਪਹੁੰਚ ਸਕਦੇ ਹਾਂ ਕਿ ਨਹੀਂ। ਹੋਰ ਇਹ ਦਰਵਾਜ਼ਾ ਹੈ, ਲੇਕਿਨ ਦੋਨਾਂ ਸਾਈਡ 'ਤੇ ਮੈਂ ਵੇਖਿਆ ਇਹਨੂੰ ਨਾ ਤਾਲਾ ਲੱਗੇ ਆ, ਉੱਤੇ ਪਹਿਲੇ ਤਾਂ ਜਾਣ ਦਿੰਦੇ ਸਨ ਲੇਕਿਨ ਹੁਣ ਮੈਨੂੰ ਲੱਗਦਾ ਕਿ ਉੱਪਰ ਨਹੀਂ ਜਾਣ ਦਿੰਦੇ ਤਾਂ ਕਿ ਕੋਈ ਉੱਤੋਂ ਡਿੱਗ ਨਾ ਜਾਏ। ਸਰਾਏ ਤੱਕ ਤਾਂ ਅਸੀਂ ਨਹੀਂ ਪਹੁੰਚ ਸਕੇ, ਲੇਕਿਨ ਉਹਦੀ ਹਿਸਟਰੀ ਦੱਸਣ ਵਾਸਤੇ ਤੁਹਾਨੂੰ ਮੈਂ ਇੱਥੇ ਇਸ ਵਜ੍ਹਾ ਤੋਂ ਲੈ ਕੇ ਆਇਆ ਕਿ ਇੱਥੇ ਫਿਰ ਵੀ ਥੋੜ੍ਹੀ ਠੰਡ ਲੱਗ ਰਹੀ ਹੈ, ਠੰਡੀ ਹਵਾ ਹੈ, ਬਾਹਰ ਬਹੁਤ ਜ਼ਿਆਦਾ ਗਰਮੀ ਹੈ, ਹੋਰ ਮੈਨੂੰ ਤਾਂ ਬਹੁਤ ਜ਼ਿਆਦਾ ਪਿਆਸ ਵੀ ਲੱਗੀ ਹੈ, ਮਤਲਬ ਇਤਰੇ ਲੱਗੀ ਹੈ। ਲੇਕਿਨ ਸਰਾਏ ਦੀ ਅਗਰ ਅਸੀਂ ਗੱਲ ਕਰੀਏ ਕਿਉਂ ਤਾਮੀਰ ਹੋਇਆ, ਜਨਰਲ ਸ਼ੇਰ ਮੁਹੰਮਦ ਨੇ ਇਹ ਸਰਾਏ ਇਸ ਵਜ੍ਹਾ ਤੋਂ ਤਾਮੀਰ ਕਰਵਾਇਆ ਕਿ ਜਿਹੜੀ ਕਸ਼ਮੀਰ ਔਰ ਲਾਹੌਰ ਦੇ ਤਜਾਰਤ ਕਰਨ ਵਾਲੇ ਲੋਕ ਸਨ ਉਹ ਇੱਥੇ ਆ ਕੇ ਸਟੇ ਕਰਦੇ ਸਨ ਔਰ ਇੱਥੇ ਆ ਕੇ ਆਪਣੀ ਤਜਾਰਤ ਨੂੰ ਜਿਹੜਾ ਨਾ ਤਕਮੀਲ ਤਾਂ ਹੀ ਪਹੁੰਚਾਉਂਦੇ ਸਨ, ਬਈ ਮਤਲਬ ਮੁਕੰਮਲ ਕਰਦੇ ਸਨ, ਇੱਥੇ ਆ ਕੇ ਆਪਣੇ ਸੌਦੇ ਕਰਦੇ ਸਨ, ਜੋ ਵੀ ਉਹਨਾਂ ਨਿਜ਼ਾਮ ਕਰਨਾ ਹੁੰਦਾ ਸੀ ਔਰ ਖਾਣ ਪੀਣ ਦਾ ਵੀ ਨਿਜ਼ਾਮ ਇੱਥੇ ਹੋਣਾ, ਕਿਉਂਕਿ ਪੁਰਾਣੇ ਦੌਰ ਦੇ ਵਿੱਚ ਜਿਹੜੇ ਸਰਾਏ ਹੁੰਦੇ ਸਨ ਉੱਥੇ ਜ਼ਿਆਦਾਤਰ ਖਾਣ ਪੀਣ ਦਾ ਨਿਜ਼ਾਮ ਵੀ ਤੁਹਾਨੂੰ ਮਿਲ ਜਾਂਦਾ ਸੀ। ਬਾਕੀ ਹੁਣ ਆ ਜੋ ਚੱਲਦੇ ਹਾਂ ਮਸਜਿਦ ਦਾ ਟਾਈਮ ਜ਼ਾਇਆ ਕੀਤੇ ਬਿਨਾਂ। ਅੱਛਾ ਜੀ, ਹੁਣ ਅਸੀਂ ਆ ਗਏ ਹਾਂ ਮਸਜਿਦ ਦੇ ਗੇਟ 'ਤੇ, ਜਿਹਦਾ ਕਿ ਮੈਨੂੰ ਵੀ ਬਹੁਤ ਜੁਸਤ ਜੋ ਸੀ ਵੇਖਣ ਬੋਲ ਲੱਗੇ ਆ। ਇਹ ਮਸਜਿਦ ਹੈ ਜੋ ਤੇ ਬਾਹਰ ਉਤਾਰੇ, ਆ ਜੋ ਚੱਲਦੇ ਹਾਂ। ਇਹ ਮਸਜਿਦ ਦਾ ਦਰਵਾਜ਼ਾ, ਇੱਥੇ ਜੋ ਤੇ ਉਤਾਰ ਕੇ ਆ ਜੋ ਚੱਲਦੇ ਹਾਂ ਅੰਦਰ। ਅੱਛਾ ਜੀ, ਇਹ ਮਸਜਿਦ ਜਿਹੜੀ ਕਿ ਬਿਲਕੁਲ ਪੁਰਾਣੇ ਦੌਰ ਦੀ ਹੈ ਔਰ ਇਹਦੀ ਜਿਹੜੀ ਇਹ ਦੀਵਾਰ ਹੈ ਨਾ ਬਾਹਰ ਵਾਲੀ, ਇਹ ਹਕੂਮਤ ਨੇ ਜਿਹੜੀ ਹੈ ਨਾ ਇਹ ਚੇਂਜ ਕਰਾ ਦਿੱਤੀ ਹੈ ਔਰ ਇਹ ਪਹਿਲੇ ਹੋਣੀ ਵੀ ਨਹੀਂ, ਮਿਹਨਤ ਲੱਗਦਾ ਹੁਣ ਹੀ ਬਣੀ ਹੈ। ਚਲੋ ਚੱਲਦੇ ਹਾਂ ਅੰਦਰ। ਅੰਦਰ ਆ ਗਿਆ ਸੀ ਔਰ ਇੱਥੇ ਕੋਈ ਸਫ਼ਾ ਵਗੈਰਾ ਨਹੀਂ ਵਿੱਚੀ, ਅੰਦਰ ਇੰਨੀ ਮਿੱਟੀ ਵੀ ਨਹੀਂ ਆਇਆ, ਅਗਰ ਕੋਈ ਨਮਾਜ਼ ਪੜ੍ਹਨਾ ਚਾਹੇ ਤਾਂ ਥੱਲੇ ਵੀ ਪੜ੍ਹ ਸਕਦਾ ਔਰ ਮਜ਼ੇ ਦੀ ਚੀਜ਼ ਜਿਹੜੀ ਹੈ ਇੱਥੇ ਕੋਈ ਬਿਜਲੀ ਦੀ ਵਾਇਰਿੰਗ ਵੀ ਨਹੀਂ ਹੋਈ, ਨਾ ਹੀ ਕੋਈ ਲਾਈਟ ਬਲਬ ਕੋਈ ਚੀਜ਼ ਦੀ, ਬਲਕਿ ਇੱਥੇ ਇਹਨਾਂ ਪੁਰਾਣੇ ਦੌਰ ਦੇ ਚਿਰਾਗ ਜਿਨ੍ਹਾਂ ਦੇ ਵਿੱਚ ਤੇਲ ਬਾਲ ਕੇ ਇਹਨਾਂ ਨੂੰ ਜਲਾਉਂਦੇ ਸਨ, ਰੋਸ਼ਨੀ ਕਰਦੇ ਸਨ, ਇਹਨਾਂ ਨੂੰ ਬਾਲ ਕੇ ਚਿਰਾਗ ਪਏ ਹੈ ਔਰ ਇਹਨੂੰ ਵੇਖ ਕੇ ਲੱਗ ਰਿਹਾ ਕਿ ਬਿਲਕੁਲ ਕੁਝ ਚਿਰ ਪਹਿਲਾਂ ਹੀ ਤੇਲ ਪਾ ਕੇ ਇਹਦੇ 'ਚ ਇਸ ਚਿਰਾਗ ਨੂੰ ਬਾਲਿਆ ਗਿਆ। ਬਾਕੀ ਇਹ ਬਹੁਤ ਹੀ ਪਿਆਰਾ ਜਿਹਾ ਨਿਜ਼ਾਮ ਹੈ, ਦੂਸਰੀ ਸਾਈਡ ਵੀ ਚਿਰਾਗ ਪਏ ਆ। ਮਜ਼ੇ ਦੀ ਚੀਜ਼ ਹੈ ਵੇਖੋ ਕਿ ਮਸਜਿਦ ਦੇ ਅੰਦਰ ਕੋਈ ਪਲਸਤਰ ਨਹੀਂ ਹੋਇਆ, ਕੋਈ ਰੰਗ ਨਹੀਂ ਵੱਜਿਆ। ਠੀਕ ਹੈ, ਅਸੀਂ ਲੋਕ ਮਸਜਿਦ ਤਾਮੀਰ ਕਰਕੇ ਅਤੇ ਉਹਨੂੰ ਪਲਸਤਰ ਕਰਕੇ ਬਹੁਤ ਜ਼ਿਆਦਾ ਰੰਗ ਮਾਰ ਕੇ ਬਹੁਤ ਹੀ ਪਿਆਰਾ ਬਣਾਉਂਦੇ ਹਾਂ, ਲੇਕਿਨ ਇਹ ਮਸਜਿਦ ਵੇਖੋ ਕੋਈ ਐਸਾ ਨਿਜ਼ਾਮ ਨਹੀਂ, ਸਿਰਫ ਇੱਟਾਂ ਇੱਟਾਂ ਨੇ ਔਰ ਕੱਚੀ ਮਿੱਟੀ ਦੇ ਨਾਲ ਇਹਨੂੰ ਬਣਾਇਆ ਗਿਆ, ਲੇਕਿਨ ਫਿਰ ਵੀ ਅਗਰ ਤੁਸੀਂ ਵੇਖੋ ਤਾਂ ਇਤਨੀ ਜ਼ਿਆਦਾ ਖੂਬਸੂਰਤ ਅਤੇ ਦਿਲ ਕਰਦਾ ਕਿ ਵਹਿੰਦੇ ਹੀ ਰਹੀਏ। ਬਾਕੀ ਇਹ ਵੇ ਕਿ ਹੁਣ ਅਸੀਂ ਨਿਕਲਦੇ ਹਾਂ ਵਾਪਸ, ਆਉਂਦੇ ਹੋ ਇਜਾਜ਼ਤ, ਜਾ ਕੇ ਕੋਈ ਪਾਣੀ ਸ਼ਾਣੀ ਪੀਵੀਏ, ਫਿਰ ਓਕੇ ਦੀ ਰਿਪੋਰਟ ਕਰਨੇ ਹਾਂ ਤੁਹਾਨੂੰ। ਸ਼ੋਤਲ ਸ਼ੋਤਲ ਤੋਂ ਫੁੱਲ ਅਵਾਇਡ ਹੈ ਅੱਜ ਕੱਲ੍ਹ, ਗਲਾ ਪਹਿਲੇ ਬਹੁਤ ਜ਼ਿਆਦਾ ਖਰਾਬ ਹੋਇਆ, ਇਸ ਵਜ੍ਹਾ ਤੋਂ ਪਾਣੀ ਵੀ ਉੱਥੋਂ ਪੀਤਾ, ਉਹ ਵੀ ਠੰਡੇ ਹੀ ਸੀ ਲੇਕਿਨ ਇੰਨਾ ਨਹੀਂ ਸੀ, ਨਾਰਮਲ ਸੀ। ਬਾਕੀ ਇਹ ਵੇ ਕਿ ਇਹਦੇ ਨਾਲ ਹੀ ਮਿਹਨਤ ਹੋਈ ਇਜਾਜ਼ਤ, ਜੇ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਸਬਸਕ੍ਰਾਈਬ ਕਰੋ, ਮਿਲਾਂਗਾ ਕਿਸੇ ਹੋਰ ਨਵੀਂ ਵੀਡੀਓ 'ਚ। ਅੱਲਾ ਹਾਫਿਜ਼।